ਛੱਬੀ ਤਰੀਕ ਨੂੰ ਤੂੰ ਸ਼ਾਂਤਮਈ ਗਈ ਸੀ, ਸਾਨੂੰ ਕੁਛ ਨੀ ਪਤਾ ਸੀ ਕਿ ਲਾਲ ਕਿਲ੍ਹਾ ਜਾਣਾ ਕਿੱਥੇ ਜਾਣਾ। ਇਹਨਾਂ ਨੇ ਸਾਡੇ ਘੋੜੇ ਦੇ ਕੋਈ ਸੰਬੰਧ ਹੀ ਨੀ ਸੀਗਾ, ਇਹਨਾਂ ਨੇ ਬੋਲਿਆ ਘੋੜੇ ਅੱਗੇ ਕਰੋ, ਘੋੜੇ ਨਾਲ ਕੋਈ ਸੰਬੰਧ ਹੈਗਾ ਟਰੈਕਟਰ ਦਾ ਨਹੀਂ ਹੈਗਾ ਨਾ, ਜਿਹੜੇ ਘੋੜੇ ਦਾ ਕੋਈ ਸੰਬੰਧ ਨੀ ਹੈ ਟਰੈਕਟਰ ਨਾਲ, ਤਾਂ ਤੁਸੀਂ ਕਿਉਂ ਬੋਲਦੇ ਹੋ? ਤਾਂ ਆਪਣਾ ਬੈਰੀਕੇਡ ਖੋਲਦੇ ਨੇ, ਅਸੀਂ ਘੋੜੇ ਪਾਰੀ ਕਰ ਦਿੰਦੇ ਆ। ਇਹਨਾਂ ਨੇ ਘੋੜੇ ਜਬਰਦਸਤੀ ਅੱਗੇ ਭੇਜਦੇ, ਭੇਜਣ ਤੋਂ ਬਾਅਦ ਇਹਨਾਂ ਨੇ ਉਹਨੂੰ ਬਹੁਤ ਉਹ ਕੀਤਾ। ਫਿਰ ਅੱਗੇ ਜੇ ਕਰਨਾਲ ਬਾਈਪਾਸ ਪਹੁੰਚੇ ਨਾ ਜੀ, ਤੇ ਇਹਨਾਂ ਨੇ ਸਾਡੇ ਉੱਥੇ ਤਾਰ ਸੁੱਟੀਆਂ, ਅਸੀਂ ਇਹਨਾਂ ਦੇ ਬੰਦਿਆਂ ਨੂੰ ਵੀ ਬਚਾਇਆ, ਨਾਲੇ ਇਹਨਾਂ ਨੇ ਸਾਨੂੰ ਵੀ ਮਾਰਿਆ। ਪੁਲਿਸ ਵਾਲੇ ਤਾਂ ਇੱਕ ਬੰਦਾ ਜ਼ਖਮੀ ਹੋ ਗਿਆ, ਮਰ ਗਿਆ, ਉੱਥੇ ਹੀ ਸਾਹ ਲੈ ਗਿਆ, ਅੱਖ ਨਿਕਲ ਗਈ ਉਹਦੀ। ਉਹਨੂੰ ਬਚਾਉਣ ਦੇ ਚੱਕਰ ਤੇ ਹਸਪਤਾਲ ਲੈ ਕੇ ਗਿਆ ਮੈਂ ਇਕੱਲਾ, ਔਰ ਇੱਕ ਮੈਂ 2.25 ਲੱਖ ਬੰਦਿਆਂ ਨੇ ਪੁਲਿਸ ਵਾਲਿਆਂ ਨੂੰ ਮਾਰਿਆ ਸੀ ਗੜਾਸਿਆਂ ਨੂੰ। ਬਾਈਕ ਤੇ ਉਤਰ ਰਹੇ ਸੀ ਨਾ, ਤਦੀ ਗੜਾਸਾ ਚਲਾਤਾ ਸੀ, ਮਗਰ ਅਸੀਂ ਨੀ ਡਰਦੇ ਮਾਰੇ, ਤੁਹਾਡੇ ਨਾਲ ਹੈ, ਇੱਕ ਤੋਂ ਰਵਾਂਗੇ ਮਰਦੇ ਦਮ ਤੱਕ ਰਵਾਂਗੇ, ਜਾਂ ਤੁਸੀਂ ਮੰਨੋ ਜਾਂ ਨਾ ਮੰਨੋ, ਮਾਰੇ ਨਹੀਂ ਪੈਸੇ ਨੀ ਲੈਣੇ। ਕੋਈ ਗੱਲ ਨੀ ਵੀਰੇ, ਪਤਾ ਕੀ ਗੱਲ ਸੁਣੋ, ਕਿਤੇ ਨਾ ਕਿਤੇ ਕੰਮ ਆਉਣਗੇ ਦੇ ਵਿੱਚ ਚੱਲ ਆਓ ਤੁਸੀਂ, ਕੋਈ ਗੱਲ ਨੀ, ਪਤਾ ਕਿਉਂ ਤੁਹਾਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਤੁਹਾਡੇ ਘੋੜਿਆਂ ਵਾਸਤੇ ਤੂੜੀ ਦੀ ਜ਼ਰੂਰਤ, ਅਸੀਂ ਪਿੰਡੋਂ ਲੈ ਕੇ ਆਵਾਂਗੇ, ਅਸੀਂ ਜਲਮਾਣੇ ਤੋਂ। ਨਹੀਂ ਇੱਕ ਗੱਲ ਦੱਸਾਂ, ਕੱਲ ਇੱਕ ਸਾਡੇ ਪਿੰਡ ਦੇ ਬੰਦੇ ਇੰਨੀ ਦੂਰੋਂ ਸੰਭਾਣੇ ਤੋਂ ਚੀਨੀ ਦੇ ਘੱਟੇ ਲੈ ਕੇ ਆ ਬਾਈਕ ਤੇ, ਕਿ ਉਹਨਾਂ ਦਾ ਪੈਟਰੋਲ ਨੀ ਫੁਕਿਆ, ਇਥੋਂ ਇਹਨਾਂ ਨੇ ਬੰਦੇ ਪਿੱਛੇ ਭਜਾਤੇ ਸਾਰੇ ਟਰੱਕ ਵਾਲੇ, ਕਿ ਭਾਜੋ ਨਹੀਂ ਚਾਹੀਦੀ ਜ਼ਰੂਰਤ। ਹੁਣ ਫਿਰ ਅੱਗੇ ਕਿਉਂ ਨੀ ਜਾਂਦੀ ਦੱਸੀ ਬੰਦੀ ਆ, ਅੱਗੇ ਜਾਣ ਕਹਿੰਦੇ ਤਾਂ ਤੁਹਾਡੇ ਬੁੰਡ ਤੇ ਲੱਥ ਮਾਰਨਗੇ, ਇਹਦਾ ਨੀ ਜਾਂਦਾ। ਬਲਬੀਰ ਸਿੰਘ ਬੋਲਦਾ ਤਾਂ ਜਿਪਸੀ ਨੀ ਵੜ ਗਿਆ ਜਾ ਕੇ, ਕਿ ਡਰਦਾ ਕਿ ਮੈਂ ਨੀ ਜਾ ਰਿਹਾ, ਮੈਨੂੰ ਤਾਂ ਲੱਥ ਪੜਨਗੇ। ਤੁਸੀਂ ਬੰਦਿਆਂ ਨੂੰ ਲੈਂਦੇ ਨੀ ਨਾ ਠੰਡ ਚ ਮਰਾਂਦੇ ਨਹੀਂ, ਕਿੰਨੇ ਦਾ ਤਾਂ ਅੱਖਾਂ ਨੀ ਕੱਢਤੀਆਂ ਇਹਨਾਂ ਨੇ, ਜਾਂ ਇੰਨੀ ਦੂਰੋਂ ਆਏ ਪੰਜਾਬ ਦਾ ਚੱਲ ਕੇ। ਮੈਂ ਸਾਈਕਲ ਤੇ ਆਇਆ ਸੀ ਪੰਜਾਬ ਤੇ, ਕਿੰਨੀ ਜਜ਼ਬਾਤ ਹੈ ਮੁੰਡੇ ਚ, ਮੈਂ ਪੰਜਾਬ ਤੋਂ ਸਾਈਕਲ ਤੇ ਚੱਲ ਕੇ ਆਇਆ, ਮੇਰੇ ਸਾਈਕਲ ਦੀ ਬੜੀ ਸੋਚ ਨਹੀਂ ਰੱਖਦਾ, ਮੇਰਾ ਘੋੜਾ ਛੇੜ ਹੋ ਗਿਆ ਤਾਂ ਸਾਈਕਲ ਦੇਖੋ, ਫਿਰ ਵੀ ਸੱਟਾਂ ਖਾ ਕੇ ਮੁੰਡਾ ਨਾਲ ਖੜਾ ਹੈ। ਕੋਲ ਕਿਆ ਸਹੀ ਹੈ ਤੇਰੇ ਕੋ, ਓਏ ਬਦਾਗਾ ਖਜ਼ਾਨੇ ਦੀ ਰੋਜ ਨੀ ਹੈ ਸਾਨੂੰ, ਖਜ਼ਾਨਾ ਤਾਂ ਕਿਤੋਂ ਵੀ ਹੱਥ ਰੱਖ ਲੋ ਉੱਥੇ ਪੈਰਾ। ਸਹੀ ਗੱਲ ਹੈ ਜੀ, ਅਸੀਂ ਘੋੜੇ ਪਾਲੇ ਤਾਂ ਰੱਖਿਆ ਵੀ ਤਾਂ ਕਰਨੀ ਸਿੱਖੋ। ਗੁਰੂ ਪੰਛ ਨੇ ਕੀ ਕਿਹਾ ਸੀ, ਪਹਿਲਾਂ ਮਰਨ ਕਬੂਲ ਜੀਵਨ ਕੀ ਸਜਾਇਸ਼ਤੀ ਰਹਿਣ ਕਾ, ਆਓ ਮਾਰੇ ਪਾਸ ਇੱਕ ਮਾਰਕ ਪੈਰ ਤੀਜਾ ਸਿਰ ਦੀਜੇ ਪ੍ਰਾਣ ਦਾ ਕੀਤੇ, ਅਜੀ ਪ੍ਰਾਣ ਨੀ ਕੀਤੇ ਇੱਕ ਤੇ ਖੜਾਂਗੇ, ਖੜਦੇ ਰਵਾਂਗੇ, ਹੁਣ ਵੀ ਅੱਗੇ ਨੀ ਵਧਣ ਦੇ ਰਹੇ ਸਾਨੂੰ। ਇੱਥੇ ਪੱਥਰਬਾਜ਼ੀਆਂ ਹੋ ਰਹੀਆਂ, ਸਾਡੇ ਹੀ ਬੰਦੇ ਆ, ਉਹ ਵੀ ਸਾਡੇ ਹੀ ਖੂਨ ਆ ਨਾ, ਸਿਰ ਤੇ ਉਹਨਾਂ ਵੀ ਤਾਜ ਆ। ਇਹ ਤਾਜ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਆਪਣੇ ਸ਼ੀਸ ਤਾੜਤੇ ਸੀ, ਚਾਰ ਪੁੱਤਰ ਵਾਰਤੇ ਸੀ, ਸਵਾ ਲੱਖ ਸੇ ਇੱਕ ਲੜਾਓ ਤਬ ਜਬ ਜਗ੍ਹਾ ਗੁਰਗੋਬਿੰਦ ਸਿੰਘ ਨਾਮ ਕਹੂੰ। ਬਿਲਕੁਲ ਬਿਲਕੁਲ, ਚਲੋ ਕੋਈ ਗੱਲ ਨੀ ਮਹਾਰਾਜ, ਕਿਰਪਾ ਕਰੀ। ਤੁਹਾਡੇ ਇਹ ਜਿਹੜੀਆਂ ਸੱਟਾਂ ਵੱਜੀਆਂ, ਇਹ ਕਿੱਥੋਂ ਵੱਜੀਆਂ ਤੁਹਾਡੇ? ਮਹਾਰਾਜ ਪੁਲਿਸ ਵਾਲੇ ਤੇ ਬੰਦਿਆਂ ਨੂੰ ਬਚਾਉਣ ਗਏ ਸੀ ਅਸੀਂ, ਤੇ ਉਹਨਾਂ ਨੇ ਸਾਡੇ ਨਾਲ ਇੱਕ ਧੱਕਾ ਕੀਤਾ ਪੁਲਿਸ ਵਾਲਿਆਂ ਨੇ। ਹਾਂਜੀ, ਤੇ ਉਹਨਾਂ ਦੇ ਬੰਦਿਆਂ ਨੂੰ ਬਚਾਉਣ ਦੇ ਚੱਕਰ ਤੇ ਇਹਨਾਂ ਨੇ ਸਾਡੇ ਉੱਤੇ ਤਾਰ ਸੁੱਟੇ, ਉਹ ਘਸੀੜਦੇ ਹੋ ਲੈ ਗਏ ਸਾਨੂੰ, ਸਾਨੂੰ ਕੋਈ ਪਰਵਾਹ ਨੀ, ਘਸੀੜਦੇ ਹੋ ਲੈ ਗਏ ਤੇ ਕੀ ਹੋ ਗਿਆ, ਗੁਰੂ ਨੀ ਬੰਸ਼ਾ, ਮਰਦੇ ਦਮ ਤੱਕ ਕਿਵੇਂ ਕਰਾਂਗੇ। ਬਾਬਾ ਜੀ ਨੇ ਚਾਰ ਸਾਹਿਬ ਸੱਪ ਦੇ ਪੱਤੇ ਸੱਪ ਹੁੰਦੇ ਆ, ਤੇ ਹੁਣ ਕਹਿੰਦਾ ਸੱਪ ਦੇ ਪੱਤੇ ਸੱਪ ਹੁੰਦੇ ਆ, ਖੜੇ ਆ ਨਾ ਇੱਕ ਮਰਦੇ ਰਹਾਂਗੇ, ਸਾਨੂੰ ਸੱਚ ਲੱਗੂਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾ ਮੰਚ ਦਿੱਤੀ, ਤਾਜ ਦਿੱਤਾ, ਖੋਪੜਾ ਲਵਾਤਾ, ਚਰਖੜੀਆਂ ਚਿੱਤੜੇ ਆ ਰਿਹਾ ਨਾ ਚਰਾਏ ਗਏ, ਬੰਦ ਬੰਦ ਕਟਾਏ, ਅੱਖਾਂ ਵਿੱਚ ਮਣੀਆਂ ਦਿੱਤੀਆਂ ਗਈਆਂ। ਬੰਦਾ ਸਿੰਘ ਬਹਾਦਰ ਜੀ ਨੇ ਕਿਆ ਕਿਹਾ ਸੀਗਾ, ਅੱਖਾਂ ਚ ਉਹ ਮਾਰਨ ਦਿਆ ਸੀ, ਕੀ ਹੋ ਗਿਆ ਹੁਣ, ਕੀ ਰੁਕ ਗਿਆ? ਬਿਲਕੁਲ ਬਿਲਕੁਲ, ਤੂੰ ਸਾਡੀ ਅੱਖਾਂ ਤਾਂ ਬਣ ਜਾਏਗਾ, ਪਿੱਛੇ ਸਮਾਂ ਲੱਖਾਂ ਹੋਣਗੀਆਂ ਉਹਦੀਆਂ ਕਿੱਦਾਂ ਲੱਗੇ, ਫਿਰ ਖੰਡਾ ਖੜਕੇਗਾ, ਖੜਕੇਗਾ ਫਿਰ ਖੜਕਿਆ,
ਫਿਰ ਵਜ਼ੀਰ ਖਾਨ ਨੂੰ ਮਾਰਿਆ, ਫਿਰ ਸੁਰਿੰਦਰ ਨੂੰ ਮਾਰਿਆ। ਕੋਈ ਨਾ ਕੋਈ ਖਾਲਸਾ ਵਰਜੀ ਫਤਿਹ ਦੇ ਰਿਹਾ।